सत श्री अकाल जी, मैं दलजीत दोसांझ। डेली अजीत पढ़ते सुनते सारे देखते सारे दर्शकों मेरे वालों नवे साल दियां बहुत बहुत मुबारक। महाराज थानू सारे नू चढ़ती कला च रखन, तुसी सारे हमेशा खुश रहो। बहुत बहुत प्यार, सत श्री अकाल। नवे साल ते तो सुनेहा यही हैगा कि बस खुशियां ते खेड़े लैके आवे, तुसी तंदुरुस्त रहो ते थोड़ी हर इच्छा परमात्मा पूरी करे। हाँ जी, जिहड़ा नवां साल है खुशियां खेड़े प्यार लैके आवे, पर नाल दी नाल मैं भी जरूर कहूँगा कि इस धरती नूं होर सुंदर खुशहाल बनाउण लई हवा पानी ते जिहड़ा भोजन साडा उहनूं साफ सुथरा करन लई आउण वालियां जनरेशनां लई पंजाब साडा होर सोहणा बणिया रहे, उहदे लई हर नागरिक नूं उपराला करना चाहीदा। बहुत ही सारिआं नूं नवें साल दीआं मुबारकां जी। बहुत ही वधिया तुहाडा साल रहे 2019 ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਪੰਜਾਬ ਦੀ ਸਾਰੀ ਦੁਨੀਆਂ ਦੇ ਵਿੱਚ, ਪੰਜਾਬੀਆਂ ਦੀ ਸਾਰੀ ਦੁਨੀਆਂ ਦੇ ਵਿੱਚ ਚੜ੍ਹਦੀ ਕਲਾ ਰਹੇ। ਸਤਿ ਸ਼੍ਰੀ ਅਕਾਲ ਜੀ, ਇਸ ਵੇਲੇ ਅਜੀਤ ਵੈਬ ਸਾਈਟ ਜਿੰਨੇ ਵੀ ਦੇਖ ਰਹੇ ਹੋ, ਮੇਰੇ ਵੱਲੋਂ ਬੜੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਜੀ। ਔਰ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਮਾਲਕ ਕਰੇ ਤੁਹਾਡਾ ਜਿਹੜਾ ਆਉਣ ਵਾਲਾ ਸਾਲ ਆ ਉਹ ਖੁਸ਼ੀਆਂ ਅਤੇ ਖੇੜਿਆਂ ਭਰਿਆ ਹੋਵੇ, ਜੋ ਵੀ ਤੁਹਾਡੇ ਸੁਪਨੇ ਆ ਬੱਚਿਓ ਉਹ ਪੂਰੇ ਹੋਣ ਅਤੇ ਅਰਦਾਸ ਕਰਿਆ ਕਰੋ, ਰੱਬ ਵਿੱਚ ਬਿਲੀਵ ਕਰੋ ਅਤੇ ਮਾਲਕ ਜ਼ਰੂਰ ਪੂਰੇ ਕਰੇਗਾ। ਹੈਪੀ ਨਿਊ ਈਅਰ ਫਰੋਮ ਚਾਜ਼ੀ ਪੀ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਆਪਣੇ ਗੁਰਪ੍ਰੀਤ ਘੁੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੇਖੋ ਜੀ, 2018 ਜਾਣ ਦੀ ਇਜਾਜ਼ਤ ਮੰਗ ਰਿਹਾ ਅਤੇ 2019 ਸਾਡਾ ਦਰਵਾਜ਼ਾ ਲੰਘ ਰਿਹਾ। ਆਓ ਇਸਤਕਬਾਲ ਕਰੀਏ 2019 ਦਾ, ਔਰ ਪੂਰੇ ਇੱਜ਼ਤ ਵ ਇਹਤਰਾਮ ਦੇ ਨਾਲ ਰੁਖਸਤ ਕਰੀਏ 2018 ਨੂੰ। ਬਹੁਤ ਮਿੱਠੀਆਂ, ਕੁਛ ਕੌੜੀਆਂ, ਕੁਛ ਖੱਟੀਆਂ ਯਾਦਾਂ ਨਾਲ ਲੈ ਕੇ ਜਾ ਰਿਹਾ, ਪਰ ਜਾਣ ਲੱਗਿਆਂ ਨੂੰ ਹੱਸ ਕੇ ਤੋਰੀਦਾ ਔਰ ਦੁਆਗੋ ਹੋਈਦਾ ਆਉਣ ਵਾਲੇ ਵਾਸਤੇ। ਸੋ ਉਮੀਦ ਕਰਦੇ ਹਾਂ ਕਿ 18 ਦੇ ਵਿੱਚ ਜੋ ਕਿਤੇ ਕੋਈ 19-21 ਰਹਿ ਗਈ ਉਹ 2019 ਦੇ ਵਿੱਚ ਪੂਰੀ ਹੋਵੇ, ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਇਹ ਸੰਸਾਰ ਹੱਸਦਾ ਵੱਸਦਾ ਖੇਡਦਾ ਰਹੇ। ਇਹ ਜੋ ਸੰਸਾਰ ਦੇ ਵਿੱਚ ਕੁਛ ਚੀਜ਼ਾਂ ਗੈਰ ਮਨੁੱਖੀ ਤਰੀਕੇ ਨਾਲ ਚੱਲ ਰਹੀਆਂ ਨੇ ਉਹ ਖਤਮ ਹੋਣ, ਇੱਕ ਦੂਸਰੇ ਦਾ ਅਦਬ ਅਦਾਬ ਸਤਿਕਾਰ ਵਧੇ, ਇਨਸਾਨੀਅਤ ਦਾ ਪਿਆਰ ਵਧੇ, 2019 ਵਾਸਤੇ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪੰਮੀ ਬਾਈ ਅਤੇ ਅਜੀਤ ਵੈਬ ਵੱਲੋਂ ਮੈਂ ਤੁਹਾਨੂੰ ਨਵੇਂ ਵਰ੍ਹੇ ਦੀਆਂ ਲੱਖ ਲੱਖ ਮੁਬਾਰਕਾਂ ਪੇਸ਼ ਕਰਦਾ ਅਤੇ ਉਮੀਦ ਕਰਦਾ ਹਾਂ ਕਿ ਨਵਾਂ ਵਰ੍ਹਾ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ ਅਤੇ ਤੁਸੀਂ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀ ਖਿਦਮਤ ਕਰਦੇ ਰਹੋ ਅਤੇ ਪੰਜਾਬੀ ਨੂੰ ਪਿਆਰ ਕਰਦੇ ਰਹੋ। ਇੱਕ ਵਾਰ ਪੂਰੀ ਦੁਨੀਆਂ 'ਚ ਵੱਸਦੇ ਪੰਜਾਬੀਆਂ ਨੂੰ ਪੰਮੀ ਬਾਈ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਨਵੇਂ ਵਰ੍ਹੇ ਦੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਆ ਅਨੀਤਾ ਦੇਵਗਨ ਅਤੇ ਅਜੀਤ ਵੈਬ ਟੀਵੀ ਵੇਖ ਰਿਹਾ ਸਾਰੇ ਦਰਸ਼ਕਾਂ ਨੂੰ ਆਉਣ ਵਾਲੇ ਨਵੇਂ ਸਾਲ 2019 ਦੀਆਂ ਬਹੁਤ ਬਹੁਤ ਮੁਬਾਰਕਾਂ। ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤੀਆਂ ਮਾਣੋ ਅਤੇ ਮੈਨੂੰ ਇਸੇ ਤਰ੍ਹਾਂ ਪਿਆਰ ਕਰੋ। ਹਾਏ ਨੀ ਮੇਰੀ ਕੂਹ ਚੀਨ, ਮੇਰੀ ਰੂਹ ਚੀਨ, ਮੇਰੀ ਛੋਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਸਿੰਮੀ ਚਹਿਲ, ਅਜੀਤ ਵੈਬ ਟੀਵੀ ਦੇਖਣ ਵਾਲਿਆਂ ਨੂੰ ਹੈਪੀ ਨਿਊ ਈਅਰ, ਇੰਜੋਏ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਉਪਾਸਨਾ ਸਿੰਘ। ਅਜੀਤ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ। ਤੁਹਾਨੂੰ ਰੱਬ ਬਹੁਤ ਖੁਸ਼ੀਆਂ ਦੇਵੇ, ਤੁਹਾਡੀਆਂ ਸਾਰੀਆਂ ਤਮੰਨਾ ਪੂਰੀਆਂ ਹੋਣ। ਹੈਪੀ ਨਿਊ ਈਅਰ ਟੂ ਯੂ। ਦੋਸਤੋ, 2019 ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਨਵਾਂ ਸਾਲ ਬਹੁਤ ਖੁਸ਼ੀਆਂ ਭਰਪੂਰ ਕਾਮਯਾਬੀਆਂ ਨਾਲ ਭਰਿਆ ਹੋਇਆ ਗੁਜ਼ਰੇ। ਤੁਹਾਨੂੰ ਤੁਸੀਂ ਵਧੋ ਫੁੱਲੋ ਔਰ ਤਰੱਕੀਆਂ ਕਰੋ, ਪੰਜਾਬ ਆਪਣਾ ਸੁੱਖ ਸ਼ਾਂਤੀ ਨਾਲ ਵਸੇ। ਅਜੀਤ ਵੈਬ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ। ਖੁਸ਼ ਰਹੋ, ਨਵਾਂ ਸਾਲ 2019 ਚੜ੍ਹਦੀ ਕਲਾ 'ਚ ਆਉਣ। ਜੀਵਣ ਮੇਰੇ ਵਤਨਾਂ ਦੀਆਂ ਮਾਵਾਂ, ਕਰ ਕਰ ਜੀਵਣ ਪੁੱਤ ਜਵਾਨ, ਕੁੜੀਆਂ ਚਿੜੀਆਂ ਧੀਆਂ ਭੈਣਾਂ, ਸਭੇ ਜੀਵਣ ਖੁਸ਼ੀ ਮਨਾਉਣ, ਭਾਗਾਂ ਵਾਲੀ ਧਰਤੀ ਜੀਵੇ, ਧਰਤੀ ਦੇ ਮਜ਼ਦੂਰ ਕਿਸਾਨ, ਅੱਲਾ ਰੱਖੇ ਵਾਹਿਗੁਰੂ ਬਖਸ਼ੇ, ਮਿਹਰ ਕਰੇ ਸਭ 'ਤੇ ਭਗਵਾਨ। ਮੇਰੇ ਵੱਲੋਂ ਯਾਨੀ ਹਰਦੀਪ ਗਿੱਲ ਵੱਲੋਂ ਤੁਹਾਨੂੰ, ਅਜੀਤ ਵੈਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਢੇਰ ਮੁਬਾਰਕਾਂ। ਸ਼ਾਲਾ ਇਸੇ ਤਰ੍ਹਾਂ ਜੀਣ ਦੀ ਲੋਚਾ ਰਮਣੀਕ ਪਏ ਦੋਸਤੋ, ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਗਨ ਕੋਕਰੀ ਅਤੇ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਕਰਮੀਤ ਅਨਮੋਲ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਕਰੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਮੈਂ ਹਾਂ ਆਪ ਜੀ ਦਾ ਸੁਰਿੰਦਰ ਚਿੰਦਾ। ਸੋ ਬੜੇ ਮਾਣ ਦੇ ਨਾਲ ਆਪ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਿਹਾ, ਕਿਉਂਕਿ ਤੁਸੀਂ ਅਜੀਤ ਅਖਬਾਰ ਨੂੰ ਬਹੁਤ ਖੁਸ਼ੀ ਦੇ ਨਾਲ ਔਰ ਸਤਿਕਾਰ ਦੇ ਨਾਲ ਪੜ੍ਹਦੇ ਹੋ ਅਤੇ ਹੋਰਨਾਂ ਨੂੰ ਪੜ੍ਹਾਉਂਦੇ ਹੋ। ਸੋ ਅਜੀਤ ਦੀਆਂ ਖਬਰਾਂ ਸੱਚੀਆਂ ਹਨ। ਸੋ ਇਸ ਤੋਂ ਇਲਾਵਾ ਅਜੀਤ ਵੈਬ ਟੀਵੀ ਨੂੰ ਬਹੁਤ ਹੀ ਸ਼ੌਕ ਨਾਲ ਦੇਖਦੇ ਹੋ। ਸੋ ਮੈਂ ਇਹੀ ਕਹੂੰਗਾ ਕਿ ਦੁਨੀਆਂ ਦਾ ਨੰਬਰ 1 ਅਖਬਾਰ ਅਜੀਤ ਅਤੇ ਅਜੀਤ ਵੈਬ
टीवी नू देखो ते आनंद माणो। सत श्री अकाल दोस्तों, मैं थोड़ा अपना सुखशिंदर शिंदा, तुसीं देख रहे हो अजीत वैब। सो नवे साल की बहुत बहुत बधाई होवे, गुरु महाराज सब नू खुशियां बख्शे, नानक नाम चढ़दी कला तेरे पाणे सरबत दा भला। प्यारे दर्शको, तुहाडे अपने जसविंदर भला अजीत अखबार अते अजीत वैब टीवी वल्लों देश विदेश विच वसदे सारे पंजाबियों नू अते समूह दर्शकों नू नवे साल दीआं लख लख मुबारकां। सत श्री अकाल दोस्तों, मैं हाँ हरजीत हरमन, ते अजीत वैब टीवी देख रहे सारे दर्शकों नू मेरे वल्लों नवे साल दीआं ते लोहड़ी दीआं बहुत बहुत मुबारकां। परमात्मा अगे दुआ करदा कि नवा साल ते इह लोहड़ी दा त्यौहार आप सब लई खुशियां ते खेड़े लैके आवे। दोस्तो, जिंदगी गुजरती है सांवां दे नाल, ते इदां ही जिहड़े साल गुजरदे ने साडी लाइफ दे विच, ते मैं दुआ करदा कि तुहाडे लई हर नवा वरा जिहड़ा बहुत सारियां खुशियां लैके आवे। इसे तरह ही नवे साल 2019 दीआं तुहानू सारिआं नू मेरे वल्लों यानी कि सरबजीत चीमा वल्लों बहुत बहुत वधाइयां। परमात्मा करे सदा खुश रहो, आबाद रहो, जिंदाबाद रहो, रब रखे। सत श्री अकाल दोस्तों, मैं गुरबीर चीमा, मेरे वल्लों अजीत वैब टीवी दे सारे व्यूअर्स नू हैप्पी न्यू ईयर।